ਹੈਲੋ ਜੀ, ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਗੋਮਲਟੀ ਚੈਨਲ ਦੇ ਵਿੱਚ ਮੇਰੀਆਂ ਭੈਣਾਂ ਅਤੇ ਮੇਰੇ ਵੀਰਾਂ ਦਾ ਸਵਾਗਤ ਆ। ਹਾਂਜੀ, ਅੱਜ ਆਪਾਂ ਇੱਕ ਘਰੇਲੂ ਨੁਸਖਾ ਤੁਹਾਡੇ ਲਈ ਲੈ ਕੇ ਆਏ ਹਾਂ। ਅਜਮਾਇਆ ਹੋਇਆ ਨੁਸਖਾ ਹੈ ਜੀ, ਇਹ ਆ ESR। ਜਿਨ੍ਹਾਂ ਦੇ ESR ਵੱਧ ਜਾਂਦਾ, ESR ਦੇ ਲੱਛਣ ਹੁੰਦੇ ਆ, ਜਿਨ੍ਹਾਂ ਨੂੰ ਖੂਨ ਦੀ ਕਮੀ ਹੁੰਦੀ ਆ ਉਹਨਾਂ ਦੇ ESR ਵੱਧ ਜਾਂਦਾ, ਜਿਨ੍ਹਾਂ ਦੇ ਲੀਵਰ ਦੀ ਪ੍ਰੋਬਲਮ ਹੁੰਦੀ ਆ ਉਹਨਾਂ ਦੇ ESR, ਜਾਂ ਜਿਨ੍ਹਾਂ ਦੇ ਗੁਰਦਿਆਂ ਦੇ ਵਿੱਚ ਕੋਈ ਇਨਫੈਕਸ਼ਨ, ਪੇਟ ਦੇ ਵਿੱਚ, ਲੀਵਰ ਦੇ ਵਿੱਚ, ਜਾਂ ਜਿਨ੍ਹਾਂ ਨੂੰ ਬੁਖਾਰ ਕਦੀ ਚੜ ਜਾਂਦਾ ਕਦੀ ਲਹਿ ਜਾਂਦਾ, ਜਿਨ੍ਹਾਂ ਦੇ ਜਾਂ ਸੋਜ ਵੱਧ ਜਾਂਦੀ ਆ ਚਿਹਰੇ 'ਤੇ, ਹੱਥਾਂ ਪੈਰਾਂ 'ਤੇ ਸੋਜ ਵੱਧ ਜਾਂਦੀ ਆ, ਇਸ ਤਰ੍ਹਾਂ ਦੇ ਕਾਫੀ ਸਾਰੇ ਲੱਛਣ ਹੁੰਦੇ ਆ ESR ਵਧਣ ਦੇ। ਮਾਸ਼ਪੇਸ਼ੀਆਂ ਦੇ ਵਿੱਚ ਦਰਦ ਹੋਣ ਲੱਗ ਜਾਂਦਾ ਹੈ, ਜਿਵੇਂ ਕਿ ਆਪਣੇ ਦਰਦ ਮਹਿਸੂਸ ਕਰਦੇ ਹਾਂ ਉਹਨਾਂ ਦੇ ESR ਦੀ ਜਿਹੜੀ ਪ੍ਰੋਬਲਮ ਆ ਜਾਂਦੀ ਆ, ਇਨਫੈਕਸ਼ਨ ਅੰਦਰ ਆ ਜਿਹੜੀ ਵੱਧ ਜਾਂਦੀ ਆ, ਜਿਹਦੇ ਕਰਕੇ ESR ਵਧਣਾ ਸ਼ੁਰੂ ਹੋ ਜਾਂਦਾ। ਉਹਦੇ ਲਈ ਆਪਾਂ ਅੱਜ ਇੱਕ ਘਰੇਲੂ ਨੁਸਖਾ ਹੈ ਜਿਹੜਾ ਬਹੁਤ ਹੀ ਸੌਖਾ ਹੈ ਅਤੇ ਆਸਾਨ ਵੀ ਆ ਬਣਾਉਣਾ, ਅਤੇ ਬਹੁਤ ਹੀ ਜ਼ਿਆਦਾ ਗੁਣਕਾਰੀ ਆ, ਜਿਹਨੂੰ ਆਪਾਂ 4 ਤੋਂ 5 ਦਿਨ ਲਈ ਵਰਤ ਸਕਦੇ ਹਾਂ ਅਤੇ ESR ਨੂੰ ਆਪਾਂ ਕੰਟਰੋਲ ਦੇ ਵਿੱਚ ਕਰ ਸਕਦੇ ਹਾਂ। ਹਾਂਜੀ, ਅੱਧਾ ਚਮਚ ਆਪਾਂ ਹਲਦੀ ਲਈ ਆ। ਹਲਦੀ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਕਿੰਨੀ ਕੁ ਗੁਣਕਾਰੀ ਆ। ਇਹ ਲਏ ਆ ਜੀ ਆਪਾਂ 5 ਪੱਤੇ ਨਿੰਮ ਦੇ ਲਏ ਆ। ਨਿੰਮ ਵੀ ਤੁਹਾਨੂੰ ਪਤਾ ਕਿ ਜਦੋਂ ਆਪਣੇ ਅੰਦਰ ਕੋਈ ਇਨਫੈਕਸ਼ਨ, ਵਾਈ ਰੇਸ਼ਾ, ਕੋਈ ਵੀ ਜ਼ਹਿਰਵਾ, ਅੱਗੇ ਪਹਿਲਾਂ ਸਮਿਆਂ ਦੇ ਵਿੱਚ ਜ਼ਹਿਰਵਾ ਕਹਿ ਦਿੰਦੇ ਹੁੰਦੇ ਸੀ ਕਿ ਆਪਣੇ ਅੰਦਰ ਜ਼ਹਿਰਵਾ ਬਣਨ ਲੱਗ ਜਾਂਦਾ, ਉਹਦੇ ਲਈ ਜਿਹੜਾ ਇਹ ਨਿੰਮ ਆ, ਨਿੰਮ ਬਹੁਤ ਹੀ ਗੁਣਕਾਰੀ ਆ ਅੰਦਰਲੇ ਜ਼ਹਿਰਵੇ ਨੂੰ ਖਤਮ ਕਰਨ ਦੇ ਲਈ, ਇਨਫੈਕਸ਼ਨ ਨੂੰ ਖਤਮ ਕਰਨ ਦੇ ਲਈ। ਇਹ ਆਪਾਂ 5 ਪੱਤੇ ਲਏ ਆ ਨਿੰਮ ਦੇ ਕੋਮਲ ਪੱਤੇ। ਇਹ ਲਿਆ ਜੀ ਆਪਾਂ 1/2 ਚਮਚ ਧਨੀਆ ਅਤੇ 5 ਆਪਾਂ ਲਈਆਂ ਕਾਲੀਆਂ ਮਿਰਚਾਂ, ਸਾਬਤ ਲਈਆਂ ਆਪਾਂ ਕਾਲੀਆਂ ਮਿਰਚਾਂ 5, ਅਤੇ 1/2 ਚਮਚ ਆਪਾਂ ਧਨੀਆ ਲਿਆ, 1/2 ਚਮਚ ਆਪਾਂ ਮੇਥੀ ਦਾਣਾ ਲਿਆ, 1/2 ਚਮਚੇ ਤੋਂ ਘੱਟ ਆਪਾਂ ਅਜਵਾਇਣ ਲਈ ਆ। ਅਜਵਾਇਣ ਜਿਨ੍ਹਾਂ ਨੂੰ ਬੁਖਾਰ ਆ, ਕਦੇ ਬੁਖਾਰ ਲਹਿ ਜਾਂਦਾ ਅਤੇ ਕਦੇ ਬੁਖਾਰ ਜਿਹੜਾ ਚੜ੍ਹ ਜਾਂਦਾ ਅਤੇ ਅੰਦਰਲੀ ਜਿਹੜੀ ਇਨਫੈਕਸ਼ਨ ਆ ਉਹ ਵੱਧ ਜਾਂਦੀ ਆ, ਉਹਦੇ ਲਈ ਅਜਵਾਇਣ ਆ ਜਿਹੜੀ ਬਹੁਤ ਹੀ ਗੁਣਕਾਰੀ ਆ। ਹਾਂਜੀ, ਇਹ ਸਾਰੀਆਂ ਹੀ ਚੀਜ਼ਾਂ ਆਪਣੀਆਂ ਅੰਦਰਲੀ ਇਨਫੈਕਸ਼ਨ ਨੂੰ ਖਤਮ ਕਰਨ ਦੇ ਵਾਸਤੇ, ਜਿਨ੍ਹਾਂ ਦੇ ਅੰਦਰ ਵਾਈ ਵਾਦੀ ਰੇਸ਼ਾ, ਬੁਖਾਰ ਚੜ੍ਹਦਾ ਹੈ, ESR ਜਿਹੜਾ ਵੱਧ ਜਾਂਦਾ ਖੂਨ ਦੀ ਕਮੀ ਕਰਕੇ ਆ, ਅਤੇ ਹੱਥਾਂ ਪੈਰਾਂ 'ਤੇ ਜਿਹੜੀ ਸੋਜ ਵੱਧ ਜਾਂਦੀ ਆ, ਉਹਦੇ ਲਈ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਬਹੁਤ ਹੀ ਗੁਣਕਾਰੀ ਆ। ਹੁਣ ਆਪਾਂ ਤੁਹਾਨੂੰ ਕਾੜਾ ਬਣਾ ਕੇ ਦਿਖਾਵਾਂਗੇ। ਇਹ ਲੈ ਲਿਆ ਜੀ ਆਪਾਂ 1 ਗਲਾਸ ਪਾਣੀ, ਆਪਾਂ 1.5 ਗਲਾਸ ਪਾਣੀ ਲਵਾਂਗੇ ਅਤੇ ਇਹਨੂੰ ਜਿਹੜਾ ਆਪਾਂ ਗਰਮ ਹੋਣ ਲਈ ਰੱਖਾਂਗੇ। 1.5 ਗਲਾਸ ਆਪਾਂ ਪਾਣੀ ਲੈਣਾ ਅਤੇ ਇਹਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਗਰਮ ਕਰ ਲੈਣਾ। ਗਰਮ ਕਰਨ ਤੋਂ ਬਾਅਦ ਜਿੰਨੀਆਂ ਵੀ ਆਪਾਂ ਇਹ ਚੀਜ਼ਾਂ ਲਈਆਂ, ਹਲਦੀ ਵੀ ਤੁਹਾਨੂੰ ਪਤਾ ਵੀ ਅੰਦਰਲੀ ਇਨਫੈਕਸ਼ਨ ਨੂੰ ਜਿਹੜਾ ਬਿਲਕੁਲ ਖਤਮ ਕਰ ਦਿੰਦੀ ਆ, ਮੇਥੀ ਦਾਣਾ 1/2 ਚਮਚ ਅਤੇ 1/2 ਚਮਚੇ ਤੋਂ ਘੱਟ ਆਪਾਂ ਲਈ ਆ ਅਜਵਾਇਣ, ਅਤੇ 5 ਪੱਤੇ ਆਪਾਂ ਜਿਹੜੇ ਲਏ ਆ ਕੋਮਲ ਪੱਤੇ ਲੈਣੇ ਆ ਨਿੰਮ ਦੇ, 1/2 ਚਮਚੇ ਤੋਂ ਘੱਟ ਆਪਾਂ ਲੈਣਾ ਧਨੀਆ, ਅਤੇ 5 ਆਪਾਂ ਕਾਲੀਆਂ ਮਿਰਚਾਂ ਲੈਣੀਆਂ। ਇਹ ਆਪਣੇ ਜਿਹੜਾ ਬੁਖਾਰ ਆ, ਆਪਾਂ ਨੂੰ ਬੁਖਾਰ ਦੀ ਪ੍ਰੋਬਲਮ ਰਹਿੰਦੀ ਆ, ਕਿਸੇ ਨੂੰ ਰਹਿੰਦੀ ਹੁੰਦੀ ਆ, ਜਿਵੇਂ ਬੁਖਾਰ ਚੜ੍ਹ ਗਿਆ ਲਹਿ ਗਿਆ, ਅਤੇ ਅਜਵਾਇਣ ਆ ਜਿਹੜੀ ਬੁਖਾਰ ਨੂੰ ਬਿਲਕੁਲ ਖਤਮ ਕਰ ਦਿੰਦੀ ਆ, ਅੰਦਰਲੀ ਇਨਫੈਕਸ਼ਨ ਨੂੰ ਜਿਨ੍ਹਾਂ ਦੇ ਅੰਦਰ ਕੋਈ ਵਾਈ ਰੇਸ਼ਾ ਬਣਨ ਲੱਗ ਜਾਂਦਾ ਉਹਨੂੰ ਜਿਹੜਾ ਖਤਮ ਕਰਦੀ ਆ। ਹਾਂਜੀ, ਆਪਾਂ ਹੁਣ ਇਹਨੂੰ ਗੈਸ ਨੂੰ ਬਿਲਕੁਲ ਲੋਅ ਮੀਡੀਅਮ 'ਤੇ ਕਰ ਦੇਣਾ ਅਤੇ ਇਹਨੂੰ 10 ਤੋਂ 15 ਮਿੰਟ ਤੱਕ ਉਹਨਾਂ ਟਾਈਮ ਤੱਕ ਰਿੰਨਣਾ ਜਿੰਨੀ ਇਹ ਅੱਧਾ ਨਹੀਂ ਰਹਿ ਜਾਂਦਾ। ਆਹ ਦੇਖੋ, ਆਪਾਂ 15 ਮਿੰਟ ਤੱਕ ਬਿਲਕੁਲ ਲੋਅ ਮੀਡੀਅਮ 'ਤੇ ਆਪਾਂ ਇਹਨੂੰ ਰਿੰਨਿਆ ਹੈਗਾ ਅਤੇ ਅੱਧਾ ਰਹਿ ਗਿਆ ਆਪਣਾ ਪਾਣੀ। 1.5 ਗਲਾਸ ਤੋਂ ਆਪਾਂ 1.5 ਗਲਾਸ ਪਾਣੀ ਲਿਆ ਸੀ ਅਤੇ ਇਹਨੂੰ ਪਕਾ ਕੇ ਅੱਧਾ ਰਹਿ ਗਿਆ। ਹੁਣ ਆਪਾਂ ਇਹਨੂੰ ਠੰਡਾ ਹੋਣ ਦਾ ਵੇਟ ਕਰਨਾ।
ਅਤੇ ਬਹੁਤ ਹੀ ਵਧੀਆ ਇਹ ਘਰੇਲੂ ਨੁਸਖਾ ਹੈ, ਕਿਸੇ ਦਾ ਭਲਾ ਹੋ ਜਾਂਦਾ। ਤੁਸੀਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਜੋ ਜਿਨ੍ਹਾਂ ਦੇ ਅੰਦਰ ESR ਦੀ ਪ੍ਰੋਬਲਮ ਆ ਜਾਂ ਜਿਨ੍ਹਾਂ ਦੇ ਗੈਠੀਏ ਦੀ ਪ੍ਰੋਬਲਮ ਵਜ੍ਹਾ ਹੋਣ ਕਰਕੇ, ਲੀਵਰ ਦੀ ਪ੍ਰੋਬਲਮ ਦੀ ਵਜ੍ਹਾ ਹੋਣ ਕਰਕੇ ESR ਦੀ ਪ੍ਰੋਬਲਮ ਆ ਜਾਂਦੀ ਆ। ਖੂਨ ਦੀ ਕਮੀ ਹੋਣ ਕਰਕੇ ਵੀ ESR ਦੀ ਪ੍ਰੋਬਲਮ ਆ ਜਾਂਦੀ ਆ। ਲਓ ਜੀ, ਆਪਾਂ ਇਹਨੂੰ ਠੰਡਾ ਹੋਣ ਤੋਂ ਬਾਅਦ ਇੱਕ ਕੱਪ ਦੇ ਵਿੱਚ ਇਹਨੂੰ ਪਾਉਣ ਲਿਆ। ਇਹਨੂੰ ਲੈਣਾ ਕਿਵੇਂ ਆ? ਇਸ ਨੂੰ ਜਿਹੜਾ ਆਪਾਂ ਦੋ ਟਾਈਮ ਲੈਣਾ ਹੈ। ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਨਹੀਂ ਤਾਂ ਫਿਰ ਤੁਸੀਂ ਇਹਦੇ ਵਿੱਚ ਸ਼ਹਿਦ ਵੀ ਪਾ ਸਕਦੇ ਹਾਂ। ਜੇ ਤੁਸੀਂ ਸ਼ਹਿਦ ਮਿੱਠਾ ਨਹੀਂ ਪਾਉਣਾ ਚਾਹੁੰਦੇ, ਖੰਡ ਵੀ ਪਾ ਸਕਦੇ ਹਾਂ, ਮਿਸ਼ਰੀ ਵੀ ਪਾ ਸਕਦੇ ਹਾਂ, ਜਾਂ ਫਿਰ ਜੇ ਤੁਸੀਂ ਆਪਣਾ ਟੇਸਟ ਲੂਣ ਵੀ ਪਾ ਸਕਦੇ ਹਾਂ। ਜੇ ਤੁਹਾਨੂੰ ਤੁਸੀਂ ਲੂਣ ਪਾਉਣਾ ਚਾਹੁੰਦੇ ਹਾਂ, ਹਲਕਾ ਜਿਹਾ ਲੂਣ ਪਾ ਲਓ। ਲਓ ਜੀ, ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਇੱਕ ਚਮਚ ਸ਼ਹਿਦ ਪਾਵਾਂਗੇ। ਆਪਾਂ ਦੋ ਕੱਪ ਬਣਾ ਕੇ ਜਿਹੜਾ ਤਿਆਰ ਕਰ ਲਿਆ। ਤੁਸੀਂ ਆਪਣੇ ਸਵਾਦ ਅਨੁਸਾਰ ਆ, ਜੇ ਤੁਸੀਂ ਲੂਣ ਵਾਲਾ ਕਾੜਾ ਪੀ ਸਕਦੇ ਤਾਂ ਲੂਣ ਪਾ ਲਓ, ਹਲਕਾ ਜਿਹਾ, ਬਿਲਕੁਲ ਹਲਕਾ ਵੀ, ਜਿਹੜਾ ਤੁਹਾਡੇ ਪੀਣ ਦੇ ਲਈ ਟੇਸਟ ਵਧੀਆ ਬਣ ਸਕੇ। ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਨਹੀਂ ਤਾਂ ਫਿਰ ਤੁਸੀਂ ਪਹਿਲਾਂ ਕਾੜੇ ਦੇ ਵਿੱਚ ਖੰਡ ਵੀ ਇੱਕ ਚਮਚ ਪਾ ਸਕਦੇ ਹਾਂ, ਜਾਂ ਸ਼ੱਕਰ ਪਾ ਸਕਦੇ ਹਾਂ, ਸ਼ਹਿਦ ਪਾ ਸਕਦੇ ਹਾਂ, ਜੋ ਵੀ ਤੁਹਾਨੂੰ ਸਹੀ ਲੱਗਦਾ ਉਹ ਪਾ ਸਕਦੇ। ਜੇ ਤੁਸੀਂ ਸ਼ੂਗਰ ਦੇ ਮਰੀਜ਼ ਆ ਫਿਰ ਤੁਸੀਂ ਸ਼ਹਿਦ ਨੂੰ ਸਕਿੱਪ ਕਰ ਦਿਓ, ਮਿੱਠੇ ਨੂੰ ਸਕਿੱਪ ਕਰ ਦਿਓ, ਹਲਕਾ ਜਿਹਾ ਨਮਕ ਪਾ ਲਓ, ਜਾਂ ਤੁਸੀਂ ਬਿਨਾਂ ਨਮਕ ਅਤੇ ਮਿੱਠੇ ਤੋਂ ਵੀ ਪੀ ਲਓ, ਫਿਰ ਵੀ ਜਿਹੜਾ ਬਹੁਤ ਹੀ ਇਹ ਟੇਸਟੀ ਆ, ਅਤੇ ਇਸ ਨੂੰ ਸੁਬਹਾ ਅਤੇ ਸ਼ਾਮ ਪੀ ਸਕਦੇ ਹਾਂ। ਜੇਕਰ ਇਹ ਪ੍ਰੋਬਲਮ ਤੁਹਾਡੇ ਬੱਚਿਆਂ ਦੇ ਵਿੱਚ ਵੀ ਆਈ ਹੋਈ ਆ, 10 ਸਾਲ ਦੇ ਛੋਟੇ ਬੱਚਿਆਂ ਨੂੰ ਤੁਸੀਂ ਇੱਕ ਦਵਾਈ ਦੇ ਰੂਪ ਵਿੱਚ 1 ਤੋਂ 2 ਚਮਚ ਉਹਨਾਂ ਨੂੰ ਵੀ ਜਿਹੜਾ ਦਿਨ ਵਿੱਚ 2 ਤੋਂ 3 ਵਾਰ ਤੁਸੀਂ ਦੇ ਸਕਦੇ ਹਾਂ। ਲਓ ਜੀ, ਇਹ ਆਪਣਾ ਕਾੜਾ ਬਣ ਕੇ ਤਿਆਰ ਹੋਇਆ। ESR ਨੂੰ ਕੰਟਰੋਲ ਕਰਨ ਵਾਸਤੇ ਤੁਹਾਡੇ ਹੱਥਾਂ ਪੈਰਾਂ 'ਤੇ ਸੂਜਣ ਆ, ਤੁਹਾਨੂੰ ਬੁਖਾਰ ਦੀ ਪ੍ਰੋਬਲਮ ਆ, ਤੁਹਾਡੇ ਅੰਦਰ ਇਨਫੈਕਸ਼ਨ ਆ, ਕੋਈ ਵੀ ਉਲਟੀਆਂ ਦੀ ਪ੍ਰੋਬਲਮ ਆ ਜਾਂ ਲੂਜ ਮੋਸ਼ਨ ਦੀ ਪ੍ਰੋਬਲਮ ਆ, ਇਸ ਤਰ੍ਹਾਂ ਦੇ ਕਾਫੀ ਸਾਰੀਆਂ ਪ੍ਰੋਬਲਮਾਂ ਲੱਛਣ ਹੁੰਦੇ ਆ ESR ਦੇ, ਅਤੇ ਤੁਸੀਂ ਇਸ ਨੁਸਖੇ ਨੂੰ ਅਪਣਾਓ ਅਤੇ ਵਰਤੋ, ਤੁਹਾਨੂੰ ਜਿਹੜਾ ਆਰਾਮ ਜ਼ਰੂਰ ਮਿਲੂਗਾ। ਕੋਈ ਵੀ ਫੈਮਿਲੀ ਮੈਂਬਰ ਆ, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ, ਇਹ ਜਿਹੜਾ ਆਪਾਂ ਘਰੇਲੂ ਨੁਸਖਾ ਵਰਤ ਸਕਦੇ ਹਾਂ, ਕੋਈ ਸਾਈਡ ਇਫੈਕਟ ਨਹੀਂ ਹੈਗਾ, ਬਹੁਤ ਹੀ ਜ਼ਿਆਦਾ ਗੁਣਕਾਰੀ ਆ। ਜੇ ਵੀਡੀਓ ਤੁਹਾਨੂੰ ਇਹ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਕਰ ਦਿਓ, ਕਿਸੇ ਦਾ ਭਲਾ ਹੋ ਜਾਂਦਾ। ਹਾਂਜੀ, ਮੇਰੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ? ਵਧੀਆ ਲੱਗੀ ਤਾਂ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ। ਵੀਡੀਓ ਦੇਖਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ। ਅਗਲੀ ਵੀਡੀਓ ਦੇ ਵਿੱਚ ਆਪਾਂ ਫਿਰ ਮਿਲਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਓਕੇ, ਬਾਏ ਬਾਏ।